माफिया सरकार हाय 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 माफिया के अंदर मुर्दाबाद 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 कैप्टन हाय 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 कैप्टन सरकार मुर्दाबाद 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 गुंडा कैप्टन हाय 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 ਇਹ ਜਿਹੜਾ ਪੰਜਾਬ ਦੀਆਂ ਜਿਹੜੀਆਂ ਨਾਕਾਮੀਆਂ ਜਿਹੜਾ ਪੰਜਾਬੀਆਂ ਨਾਲ ਧੋਖਾ ਕੀਤਾ ਅਸੀਂ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬੀਆਂ ਨੂੰ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 4 ਸਾਲ ਚ ਧਰਮ ਦੇ ਨਾਂ ਤੇ ਪੰਜਾਬ ਸਰਕਾਰ ਨੇ ਲੁੱਟਿਆ ਜਿਹੜੇ ਵਾਅਦੇ ਕੀਤੇ ਸੀਗੇ ਉਹ ਤਾਂ ਵੀ ਲੁੱਟਿਆ ਜਿਸ ਢੰਗ ਨਾਲ ਕੱਲ MLA ਦੇ ਨਾਲ ਵਿਵਹਾਰ ਕੀਤਾ ਗਿਆ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਹੋਰ ਤੋਂ MLA ਨਰੰਗ ਅਰੁਣ ਨਰੰਗ ਜੀ ਨੂੰ ਜਲੀਲ ਕੀਤਾ ਇਹ ਪੁਲਿਸ ਤੋਂ ਪ੍ਰੋਟੈਕਸ਼ਨ ਦੇਣ 'ਚ ਨਾਕਾਮਯਾਬ ਹੋਈ ਹੈ ਫੇਲ ਹੋਈ ਹੈ ਬਹੁਤ ਮਾੜੀ ਘਟਨਾ ਹਰ ਜਗ੍ਹਾ ਇੱਦਾਂ ਦੇ ਇੰਸੀਡੈਂਟ ਹੁੰਦੇ ਨੇ ਔਰ ਪੁਲਿਸ ਦੇਖਦੀ ਰਹਿੰਦੀ ਹੈ ਇਸ ਕਰਕੇ ਗਵਰਨਰ ਸਾਹਿਬ ਨੂੰ ਮਿਲੇ ਕਿ ਸਰਕਾਰ ਆਪਣੀ ਡਿਊਟੀ ਪੂਰੀ ਕਰੇ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਸ ਕਰਕੇ ਮੈਂ CM ਨਾਲ ਵੀ ਤਾਂ ਟੇਕ ਅਪ ਕਰਾਂਗੇ ਅਤੇ ਪੁਲਿਸ DGP ਨਾਲ ਵੀ ਟੇਕ ਅਪ ਕਰਾਂਗੇ ਜੋ ਵੀ ਸਾਡਾ ਹੈ ਦਿੱਲੀ ਵੀ ਗੱਲ ਕਰਾਂਗੇ ਇੱਥੇ ਵੀ ਗੱਲ ਕਰਾਂਗੇ ਸਾਰਾ ਕੁਛ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ।